ਪੰਜਾਬੀ ਗਰੂਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਰਾਜੀਵ ਠਾਕੁਰ ਦੀ ਬੜੀ ਹੀ ਪਿਆਰੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੀ ਪਿਕਚਰ ਆ ਰਹੀ ਹੈ ਜ਼ਿੰਦੂਆ, ਜੋ ਕਿ 17 ਮਾਰਚ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ। ਉਹਦੇ ਵਿੱਚ ਤੁਹਾਨੂੰ ਨਾਮਵਰ ਐਕਟਰਾਂ ਨਾਲ ਕੰਮ ਕਰਨਾ ਮਿਲ ਰਿਹਾ, ਜਿੰਮੀ ਬਾਜੀ ਹੋ ਗਏ, ਨੀਰੂ ਬਾਜਵਾ ਜੀ ਅਤੇ ਸਰਗੁਣ ਮਹਿਤਾ, ਅਤੇ ਕੀ ਕਹਿਣਾ ਚਾਹੋਗੇ ਆਪਣੇ ਐਕਸਪੀਰੀਅੰਸ ਬਾਰੇ? ਪਹਿਲਾਂ ਤਾਂ ਇਹੀ ਐਕਸਪੀਰੀਅੰਸ ਬਹੁਤ ਵਧੀਆ ਹੁੰਦਾ ਜਦੋਂ ਤੁਸੀਂ ਪੰਜਾਬੀ ਫਿਲਮ ਕਰਦੇ ਹੋ, ਅਤੇ ਉਸ ਤੋਂ ਵਧੀਆ ਐਕਸਪੀਰੀਅੰਸ ਇਹ ਹੋ ਜਾਂਦਾ ਜਦੋਂ ਤੁਹਾਨੂੰ ਕੈਨੇਡਾ ਲਏ। ਸੋ ਹਰ ਪੰਜਾਬੀ ਦਾ ਸੁਪਨਾ ਹੁੰਦਾ ਕਿ ਕੈਨੇਡਾ ਜਾਈਏ ਕੈਨੇਡਾ ਜਾਈਏ। ਅਸੀਂ ਤਾਂ ਬਚਪਨ ਤੋਂ ਸ਼ਾਇਦ ਉਦੋਂ ਦੇ ਪੜ੍ਹੇ ਹਾਂ ਕਾਲਜਾਂ ਦੇ ਵਿੱਚ, ਜਦੋਂ ਕਾਲਜਾਂ ਦੇ ਵਿੱਚ ਬੱਚੇ ਜਾਂ ਸਾਡੇ ਜਿਹੜੇ ਯਾਰ ਦੋਸਤ ਹੁੰਦੇ ਸੀਗੇ ਉਹ ਪੜ੍ਹਾਈ ਨਾਲ ਜ਼ਿਆਦਾ ਕੈਨੇਡਾ ਦੀਆਂ ਗੱਲਾਂ ਕਰਦੇ ਸੀ। ਯਾਰ ਮੈਂ ਸੋਚਦਾ ਮੈਂ ਆਈਲੈਟਸ ਕਲੀਅਰ ਕਰ ਹੀ ਲਵਾਂ, ਕੈਨੇਡਾ ਹੋ ਹੀ ਜਾਈਏ, ਉੱਥੇ ਸੈੱਟ ਹੋ ਜਾਈਏ। ਪਰ ਪਰਮਾਤਮਾ ਬੜਾ ਸ਼ੁਕਰ ਹੈ ਕਿ ਸਾਡੀ ਆਪਣੀ ਧਰਤੀ 'ਚ ਇੰਨਾ ਕੁ ਮੈਂ ਕਹਾਂਗਾ ਕਿ ਪਿਆਰ ਆ ਜਾਂ ਇੰਨੀ ਕੁ ਸਕਸੈਸ ਆ ਕਿ ਅੱਜ ਅਸੀਂ ਟੌਰ ਨਾਲ ਕੈਨੇਡਾ ਹੋ ਕੇ ਆਏ ਹਾਂ। ਅਤੇ ਮਿਹਰਬਾਨੀ ਸਾਡੇ ਪ੍ਰੋਡਿਊਸਰ ਹੋਰੀ ਸਾਹਿਬ ਦੀ, ਜਿਨ੍ਹਾਂ ਨੇ ਸਾਨੂੰ ਵਧੀਆ ਤਰੀਕੇ ਨਾਲ ਉੱਥੇ ਰੱਖਿਆ, ਖੁਆਇਆ ਪਿਲਾਇਆ। ਬਾਕੀ ਸਾਡੇ ਕੈਨੇਡਾ ਦੇ ਬਹੁਤ ਸੋਹਣੇ ਪ੍ਰੋਡਿਊਸਰ ਸੀਗੇ, ਬੂਟਾ ਅੰਕਲ ਵਗੈਰਾ, ਜਿਨ੍ਹਾਂ ਨੇ ਸਾਨੂੰ ਬਿਲਕੁਲ ਫੈਮਿਲੀ ਵਰਗਾ ਪਿਆਰ ਦਿੱਤਾ ਉੱਥੇ ਜਾ ਕੇ। ਸੋ ਬੜਾ ਮਜ਼ਾ ਆਇਆ ਉੱਥੇ ਕੰਮ ਕਰਕੇ। ਅਤੇ ਜਦੋਂ ਤੁਸੀਂ ਐਡੇ ਵਧੀਆ ਕਲਾਕਾਰ, ਮਤਲਬ ਮੈਂ ਕਹਿੰਦਾ ਕਿ ਜਿੰਮੀ ਬਾਜੀ, ਨੀਰੂ ਬਾਜਵਾ, ਸਰਗੁਣ ਮਹਿਤਾ, ਐਜ਼ ਐਨ ਐਕਟਰ ਇੰਨੇ ਵਧੀਆ ਨੇ ਉਹ ਲੋਕ ਕਿ ਤੁਸੀਂ ਭਾਵੇਂ 20 ਸਾਲ ਕੰਮ ਕੀਤਾ ਹੋਵੇ, ਉਹਨਾਂ ਨੂੰ ਦੇਖ ਕੇ ਤੁਸੀਂ ਫਿਰ ਹੋਰ ਜ਼ਿਆਦਾ ਇੰਪਰੂਵ ਕਰਦੇ ਹੋ, ਹੋਰ ਜ਼ਿਆਦਾ ਤੁਹਾਨੂੰ ਸਿੱਖਣ ਨੂੰ ਮਿਲਦਾ ਆ। ਇਹ ਮੇਰਾ ਖਿਆਲ ਹੈ ਕਿ ਜਦੋਂ ਵੀ ਤੁਸੀਂ ਚਾਹੇ 50 ਸਾਲ ਕੰਮ ਕਰ ਲਓ, ਜਿਵੇਂ ਬੱਚਨ ਸਾਹਿਬ ਵੀ ਕਹਿੰਦੇ ਨੇ ਕਿ ਤੁਸੀਂ 50 ਸਾਲ ਕੰਮ ਕਰ ਲਓ, ਜਦੋਂ ਤੁਸੀਂ ਕਿਸੇ ਨਵੇਂ ਬੰਦੇ ਨਾਲ ਕੰਮ ਕਰਦੇ ਹੋ ਨਾ ਕਿਸੇ ਹੋਰ ਨਾਲ, ਤੁਹਾਨੂੰ ਹੋਰ ਸਿੱਖਣ ਨੂੰ ਮਿਲਦਾ। ਅੱਛਾ ਯਾਰ, ਸਿੱਖਣ ਨੂੰ ਜ਼ਰੂਰ ਮਿਲਦਾ। ਜੀ ਕਿ ਇਹ ਵੀ ਹੁੰਦਾ ਆ। ਸੋ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੋਂ, ਕਮਾਲ ਦੇ ਡਾਇਰੈਕਟਰ ਸਾਡੇ ਨਵਨੀਤ ਭਾਜੀ, ਧੀਰਜ ਭਾਜੀ ਨੇ ਬਹੁਤ ਅੱਛਾ ਤਾਣਾ ਬਾਣਾ ਬੁਣਿਆ ਫਿਲਮ ਦਾ, ਜਿਹਦੇ ਵਿੱਚ ਕਿ ਪੰਜਾਬੀਅਤ ਦੀਆਂ ਕੈਨੇਡਾ ਦੇ ਵਿੱਚ ਜਾ ਕੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਇੱਕ ਸੋਹਣੀ ਤ੍ਰਿਕੋਣੀ ਪ੍ਰੇਮ ਕਹਾਣੀ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਲਿਆਏ ਨੇ, ਇੱਕ ਬੜੇ ਐਂਟਰਟੇਨਿੰਗ ਵੇ ਦੇ ਨਾਲ, ਬੜੇ ਵਧੀਆ ਇਮੋਸ਼ਨਸ ਦੇ ਨਾਲ, ਕਿ ਤੁਸੀਂ ਆਪਣੇ ਆਪ ਨੂੰ ਬਹੁਤ ਜੁੜਿਆ ਹੋਇਆ ਮਹਿਸੂਸ ਕਰੋਗੇ ਅੰਦਰ ਜਾ ਕੇ। ਇੱਕ ਆਪਣੇ ਰੋਲ ਵਾਲੇ ਵੀ ਭਾਅ ਜੀ ਥੋੜ੍ਹਾ ਦੱਸੋ ਕਿ ਮਤਲਬ ਫਿਲਮ ਦੇ ਵਿੱਚ ਤੁਹਾਡਾ ਕੀ ਰੋਲ ਹੈ? ਭਾਅ ਜੀ ਮੈਂ ਆਪਣੇ ਆਪ ਦਰਸ਼ਕਾਂ ਨੂੰ ਕਿੱਦਾਂ ਤੁਸੀਂ ਹਸਾਓਗੇ ਜਾਂ ਰੁਲਾਓਗੇ, ਕੀ ਕਰੋਗੇ? ਮੈਂ ਉਹੀ ਕਹਿ ਰਿਹਾ ਕਿ ਮੈਂ ਇਸ ਫਿਲਮ ਦੇ ਵਿੱਚ ਆਪਣੇ ਆਪ ਨੂੰ ਨਾ ਰਾਜੇਸ਼ ਖੰਨਾ ਟਾਈਪ ਫੀਲਿੰਗ ਆਉਂਦੀ ਮੈਨੂੰ, ਉਹ ਜੋ ਆਨੰਦ ਫਿਲਮ ਦੇ ਵਿੱਚ ਰਾਜੇਸ਼ ਖੰਨਾ ਸਾਹਿਬ ਦੀ ਸੀਗੀ ਕਿ ਇੱਕ ਬੜਾ ਜ਼ਿੰਦਾ ਦਿਲ ਕਰੈਕਟਰ, ਬੜਾ ਹੀ ਖੁਸ਼ ਦਿਲ ਕਰੈਕਟਰ, ਜਿਹੜਾ ਕਿ ਮਤਲਬ ਆਪ ਭਾਵੇਂ ਰੋਟੀ ਨਾ ਖਾਵੇ ਦੂਜੇ ਨੂੰ ਖਵਾਉਂਦਾ ਆ, ਜਿਹੜਾ ਕਿ ਆਪ ਭਾਵੇਂ ਉਹ ਵਿਚਾਰਾ ਪਰੇਸ਼ਾਨ ਤਾਂ ਹੁੰਦਾ ਹੀ ਹੈ ਨਾ ਜਦੋਂ ਬੰਦਾ ਕੈਨੇਡਾ ਦੇ ਵਿੱਚ ਇਕੱਲਾ ਬੈਠਾ ਹੋਇਆ, ਉਦੋਂ ਕੁਛ ਪੱਕਾ ਨਹੀਂ ਹੋ ਰਿਹਾ, ਤਾਂ ਪਰੇਸ਼ਾਨੀ ਉਹਦੀ ਵੀ ਹੈਗੀ ਹੈ। ਪਰ ਉਹਦੇ ਬਾਵਜੂਦ ਉਹ ਹੱਸਦੇ ਖੇਡਦੇ ਹੋਏ ਦੂਜਿਆਂ ਦੀ ਵੀ ਪਰੇਸ਼ਾਨੀ ਦੂਰ ਕਰ ਰਿਹਾ ਆ। ਫਿਰ ਉਹ ਕਰੈਕਟਰ ਜਦੋਂ ਆਪ ਬੁਰੀ ਤਰ੍ਹਾਂ ਫਸ ਜਾਂਦਾ ਆ, ਉਹਦੇ ਚਿਹਰੇ ਦੀ ਮੁਸਕਾਨ ਜਦੋਂ ਚਲੀ ਜਾਂਦੀ ਹੈ। ਸੋ ਮੈਨੂੰ ਬੜਾ ਵਧੀਆ ਲੱਗਾ ਕਿ ਇਸ ਕਰੈਕਟਰ ਨੂੰ ਕਰਕੇ, ਕਿ ਇੱਡੀ ਵਧੀਆ ਵੇਰੀਏਸ਼ਨ ਸੀਗੀ। ਔਰ ਮੈਂ ਉਹੀ ਕਹਿ ਰਿਹਾ, ਇਸੇ ਲਈ ਮੈਨੂੰ ਆਨੰਦ ਫਿਲਮ ਦਾ ਰਾਜੇਸ਼ ਖੰਨਾ ਯਾਦ ਆਉਂਦਾ ਨਾ, ਕਿ ਜਿਹੜਾ ਬੰਦਾ ਆਪ ਵੀ ਮੁਸੀਬਤ 'ਚ ਉਹਦੇ ਬਾਵਜੂਦ ਦੂਜਿਆਂ ਦੀ ਮਦਦ ਕਰ ਰਿਹਾ, ਖੁਸ਼ ਰੱਖ ਰਿਹਾ, ਹੱਸ ਰਿਹਾ, ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ। ਰਾਈਟ, ਫਿਲਮ ਦੇ ਸੌਂਗਸ ਕਾਫੀ ਪਾਪੂਲਰ ਹੋ ਰਹੇ ਆ ਸੋਸ਼ਲ ਮੀਡੀਆ 'ਤੇ, ਟੀ ਵੀ 'ਤੇ, ਹਰ ਇੱਕ ਜਗ੍ਹਾ, ਤੁਹਾਡਾ ਕਿਹੜਾ ਫੇਵਰੇਟ ਸੌਂਗ ਹੈ? ਮੇਰਾ ਜੀ ਵੈਸੇ ਤਾਂ ਸਾਰੇ ਹੀ ਨੇ, ਕਿਉਂਕਿ ਸਾਰਿਆਂ ਦੀ ਸ਼ਾਇਦ ਇੱਕ ਵੇਰੀਏਸ਼ਨ ਵੱਖਰੀ ਹੈ, ਦੂਜਾ ਨੋਟਸ ਵੱਖਰੇ ਨੇ। ਜਿਵੇਂ ਢੋਲਾ ਮੈਨੂੰ ਗਾਣਾ ਫੀਲ ਹੀ ਇੱਦਾਂ ਦਾ ਦਿੰਦਾ ਜਿਵੇਂ ਸ਼ਾਹਰੁਖ ਖਾਨ ਦਾ ਗਾਣਾ ਆ, ਰੰਗ ਦੇ ਮੋਹੇ ਗੇਰੂਆ ਟਾਈਪ, ਐਡੀਆਂ ਸੋਹਣੀਆਂ ਲੋਕੇਸ਼ਨਾਂ ਦੇ ਵਿੱਚ ਮੈਂ ਤਾਂ ਨਾਰਾਜ਼ ਹੋਇਆ, ਮੈਂ ਤਾਂ ਡਾਇਰੈਕਟਰ ਸਾਹਿਬ ਨੂੰ ਨਾਰਾਜ਼ ਹੋਇਆ ਬਕਾਇਦਾ। ਮੈਂ ਕਿਹਾ ਭਾਈ ਆਹ ਤਾਂ ਗਲਤ ਗੱਲ ਆ, ਅਸੀਂ ਵੀ ਕੈਨੇਡਾ ਦੇ ਵਿੱਚ ਹੈਗੇ ਸੀ, ਇਹ ਵੀ ਕੈਨੇਡਾ ਦੇ ਵਿੱਚ ਹੈਗੇ ਸੀ, ਤੁਸੀਂ ਇਹਨਾਂ ਦੋਵਾਂ ਨੂੰ ਇਕੱਲਿਆਂ ਲੈ ਗਏ ਐਡੀ ਸੋਹਣੀ ਜਗ੍ਹਾ ਦੇ ਵਿੱਚ, ਅਤੇ ਸਾਨੂੰ ਵੀ ਨਾਲ ਲੈ ਜਾਂਦੇ। ਇਹ ਖੁਫੀਆ ਜਗ੍ਹਾ ਰੱਖੀਆਂ ਭਾਅ ਜੀ, ਅਤੇ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਇਹ ਖੁਫੀਆ ਜਗ੍ਹਾ ਨੇ ਭਾਅ ਜੀ, ਜਿਹੜੀਆਂ ਪੈਸੇ ਖਰਚ ਕੇ ਉੱਥੇ ਜਾ ਕੇ ਲੱਭਣੀਆਂ ਨਹੀਂ ਹੈ। ਤੁਸੀਂ ਫਿਲਮ 'ਚ ਦੇਖੋ ਅਤੇ ਉਹਦੀਆਂ ਨਿਸ਼ਾਨਦੇਹੀਆਂ ਕਰੋ, ਤਾਂ ਕਿ ਜਦੋਂ ਤੁਸੀਂ ਕੈਨੇਡਾ ਜਾਓ ਉਹ ਲੋਕੇਸ਼ਨ ਜ਼ਰੂਰ ਦੇਖ ਕੇ ਆਓ। ਹਾਂਜੀ ਬਿਲਕੁਲ, ਬੜੀ ਸੋਹਣੀਆਂ ਜਗ੍ਹਾ ਹੈ, ਅਤੇ ਮੈਂ ਨਾਰਾਜ਼ ਹਾਂ ਉਹਨਾਂ ਕੋਲ ਇਹਨਾਂ ਗੱਲਾਂ ਤੋਂ। ਅਤੇ ਦੂਜੀ ਗੱਲ ਇਹ ਸੀਗੀ ਕਿ ਜਿਹੜਾ ਜਿੰਦੂਆ ਮੇਰਾ ਜਿਹੜਾ ਬਹੁਤ ਫੇਵਰੇਟ ਆ, ਚੱਲ ਜਿੰਦੂਆ ਚੱਲ ਚੱਲੀਏ ਬਸਾਂ, ਇਹ ਐਕਚੁਲੀ ਜਦੋਂ ਹੰਸ ਭਾਅ ਜੀ ਨੇ ਗਾਣਾ ਗਾਇਆ ਸੀ ਉਦੋਂ ਦਾ ਬੜਾ ਫੇਵਰੇਟ ਸੀਗਾ। ਅਤੇ ਇਸ ਫਿਲਮ ਦੇ ਵਿੱਚ ਜਦੋਂ ਇੱਕ ਨਵੇਂ ਰੰਗ ਦੇ ਵਿੱਚ ਆਇਆ, ਬਹੁਤ ਸੋਹਣਾ, ਮਤਲਬ ਜੈਸਮੀਨ ਜਿਹੜੇ ਸੈਂਡਲ ਸਾਂ ਜੀ, ਉਹ ਬਹੁਤ ਵਧੀਆ ਉਹਨੇ ਸ਼ੁਰੂਆਤ ਦਿੱਤੀ, ਉਸ ਤੋਂ ਬਾਅਦ ਰਣਜੀਤ ਭਾਵੇ ਨੇ ਆ ਕੇ ਤਾਂ ਰੰਗ ਹੀ ਬੰਨਤੇ ਗਾਣੇ ਦੇ ਵਿੱਚ। ਸੋ ਬਾਕੀ ਉਹ ਤੀਜਾ ਕੱਲ੍ਹ ਭਾਅ ਜੀ ਲਾਂਚ ਹੋਣਾ ਗਾਣਾ, ਬਿਊਟੀ ਪਾਰਲਰ ਜਾਣੀ ਹੈ, ਓਹੋ ਮਤਲਬ ਰੌਣਕੀ ਗਾਣਾ, ਮਤਲਬ ਬਹੁਤ ਹੀ ਰੌਣਕੀ ਗਾਣਾ, ਮਤਲਬ ਮੈਨੂੰ ਲੱਗਦਾ ਕਿ ਇਹ ਗਾਣਾ ਹਰ ਵਿਆਹ ਦੇ ਵਿੱਚ ਵੱਜੂਗਾ।
ਭਾਅ ਜੀ ਅੰਮ੍ਰਿਤਸਰ ਨਾਲ ਕੁਛ ਖਾਸ ਰਿਲੇਸ਼ਨ ਆ ਲੱਗਦਾ ਕਿ ਬਾਲੀਵੁੱਡ 'ਚ ਅੱਜ ਜਿੰਨੇ ਬੰਦੇ ਟੌਪ 'ਤੇ ਨੇ ਸਭ ਅੰਮ੍ਰਿਤਸਰ ਦੇ ਹੋ, ਤੁਸੀਂ ਵੀ ਅੰਮ੍ਰਿਤਸਰ ਦੇ ਹੋ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਕੀ ਕੁਛ ਸਪੈਸ਼ਲ ਇੱਦਾਂ ਦਾ ਕੀ ਅੰਮ੍ਰਿਤਸਰ ਦੀ ਮਿੱਟੀ 'ਚ? ਹਾਂ, ਪਹਿਲਾਂ ਤਾਂ ਮੈਨੂੰ ਇਹ ਲੱਗਦਾ ਕਿ ਗੁਰੂਆਂ ਦੀ ਨਗਰੀ ਹੈ ਜੀ। ਹਾਂਜੀ, ਤੁਸੀਂ ਦੇਖੋਗੇ ਕਿ ਪੰਜਾਬੀ ਫਿਲਮ ਕੋਈ ਬਣਦੀ ਹੈ, ਰਿਲੀਜ਼ ਹੁੰਦੀ ਹੈ, ਅਤੇ ਲੋਕ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਨੇ, ਉਹ ਪ੍ਰਮੋਸ਼ਨ ਉੱਥੇ ਕਰਦੇ ਹੀ ਨੇ, ਪ੍ਰਮੋਸ਼ਨ ਨਹੀਂ ਹੁੰਦੀ ਬੇਸਿਕਲੀ, ਉੱਥੇ ਮੱਥਾ ਟੇਕਣ ਜਾਂਦੇ, ਬਿਲਕੁਲ ਆਸ਼ੀਰਵਾਦ ਲੈਣ ਜਾਂਦੇ, ਆਸ਼ੀਰਵਾਦ ਲੈਣ ਜਾਂਦੇ ਨੇ, ਮਤਲਬ ਹਿੰਦੀ ਫਿਲਮ ਵਾਲੇ ਵੀ ਉੱਥੇ ਆਸ਼ੀਰਵਾਦ ਲੈਣ ਆਉਂਦੇ ਨੇ, ਅਤੇ ਜਿੱਥੇ ਲੋਕ ਆਸ਼ੀਰਵਾਦ ਲੈਣ ਆਉਂਦੇ ਹੋਣ ਅਸੀਂ ਤਾਂ ਯਾਰ ਜੰਮੇ ਉੱਥੇ, ਅਸੀਂ ਤਾਂ ਪਲੇ ਉੱਥੇ, ਅਸੀਂ ਤਾਂ ਖਾਧਾ ਹੀ ਉੱਥੇ, ਅਸੀਂ ਤਾਂ ਪੀਤਾ ਹੀ ਉੱਥੇ, ਹੈ ਨਾ, ਉਹ ਪਾਣੀ ਪੀਤਾ ਅਸੀਂ, ਉਹ ਧਰਤੀ ਦਾ ਮੈਂ ਕਹਿੰਦਾ ਰੋਟੀ ਵੀ ਪ੍ਰਸ਼ਾਦ ਵਰਗੀ, ਸੋ ਅਸੀਂ ਤਾਂ ਉਹ ਖਾਧਾ। ਦੂਜਾ ਮੈਨੂੰ ਇਹ ਤੁਸੀਂ ਦੇਖੋਗੇ ਕਿ ਆਹ ਕੌਮੇਡੀ ਦੇ ਵਰਲਡ ਦੇ ਵਿੱਚ ਅੰਮ੍ਰਿਤਸਰ ਨੇ 10 ਸਾਲ ਹੋ ਗਏ ਨੇ, 2007 ਤੋਂ ਕਬਜ਼ਾ ਕੀਤਾ, 2017 ਹੋ ਗਿਆ, ਅਤੇ ਕਬਜ਼ਾ ਹੀ ਨਹੀਂ ਮੈਂ ਕਹਾਂਗਾ ਬਲਕਿ ਇਹਨੂੰ ਨਵੇਂ ਮੁਕਾਮ 'ਤੇ ਲੈ ਗਏ, ਨਵੇਂ ਮੁਕਾਮ 'ਤੇ। ਇੱਕ ਮੁਕਾਮ ਨੂੰ ਕਹਿੰਦੇ ਨਾ ਕਿ ਜਿੱਥੇ ਕੌਮੇਡੀ ਸੀਗੀ ਉੱਥੋਂ ਥੱਲੇ ਜਾਂਦਾ ਬੰਦਾ, ਇਹ ਉੱਤੇ ਹੀ ਜਾਂਦੇ ਜਾ ਰਹੇ ਨੇ। ਸੋ ਆਈ ਸਟਰੋਂਗਲੀ ਬਿਲੀਵ ਕਿ ਅਸੀਂ ਅੰਮ੍ਰਿਤਸਰੀਏ ਲਾਹੌਰੀਏ ਇੱਕੋ ਜਿਹੇ ਹਾਂ, ਅਤੇ ਕੌਮੇਡੀ ਇਹਨਾਂ ਦੇ ਖੂਨ 'ਚ ਆ, ਇਹਨਾਂ ਦੇ ਜੋ ਅਸੀਂ ਕਰਦੇ ਹਾਂ ਅਸੀਂ ਸ਼ਾਇਦ ਨੈਚੁਰਲ ਹੈਗੇ ਹਾਂ ਇਸ ਮਾਮਲੇ ਦੇ ਵਿੱਚ, ਗੱਲਾਂ ਕਰਨ ਦੇ ਵਿੱਚ, ਕਿਉਂਕਿ ਅਸੀਂ ਆਪਣੇ ਘਰਾਂ ਦੇ ਵੀ ਕਰਦੇ ਹਾਂ, ਸਾਨੂੰ ਆਪਣੇ ਬਜ਼ੁਰਗਾਂ ਅੱਗੇ ਅੱਜ ਵੀ ਬੋਲਿਆ ਜਾਂਦਾ, ਉਹ ਸਾਡੇ ਨਾਲ ਵਧੀਆ ਗੱਲ ਕਰਦੇ ਹਾਸੇ ਵਾਲੀ, ਮਤਲਬ ਜਦੋਂ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਅਸੀਂ 4 ਨਵੀਆਂ ਚੀਜ਼ਾਂ ਸਿੱਖ ਕੇ ਜਾਂਦੇ ਹਾਂ, ਅਤੇ ਜਦੋਂ ਸਿੱਖ ਕੇ ਜਾਂਦੇ ਹਾਂ, ਜਦੋਂ ਉਹਨਾਂ ਅੱਗੇ ਪਰੋਸਦੇ ਹਾਂ, ਤਾਂ ਪੂਰੇ ਹਿੰਦੁਸਤਾਨ ਨੂੰ, ਪੂਰੇ ਵਰਲਡ ਨੂੰ ਹੈਰਾਨੀ ਹੁੰਦੀ ਹੈ ਯਾਰ ਆਹ ਗੱਲਾਂ ਕਿੱਥੋਂ ਆਈਆਂ। ਸੋ ਇਹ ਅੰਮ੍ਰਿਤਸਰ ਦੀ ਖਾਸੀਅਤ ਹੈ ਭਾਅ ਜੀ। ਠੀਕ ਹੈ, ਰਾਈਟ ਰਾਜੀ। ਦੇਖੋ ਜੀ, ਕਪਿਲ ਸ਼ਰਮਾ ਸ਼ੋਅ ਦੇ ਵਿੱਚ ਵੀ ਅਕਸਰ ਤੁਸੀਂ ਆਉਂਦੇ ਰਹਿੰਦੇ ਹੋ ਨਾ, ਉੱਥੇ ਐਕਸਪੀਰੀਅੰਸ ਕਰਨਾ ਇੱਕ ਬਹੁਤ ਵੱਡੀ ਸਟੇਜ, ਇੰਟਰਨੈਸ਼ਨਲ ਲੈਵਲ 'ਤੇ ਉਸ ਸ਼ੋਅ ਦੀ ਪਾਪੂਲਰਿਟੀ ਹੈ, ਉਹਦੇ 'ਚ ਕਾਫੀ ਕੁਛ ਸਿੱਖਣ ਨੂੰ ਮਿਲਦਾ ਹੋਵੇਗਾ, ਉੱਥੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਸ਼ੋਅ ਬਾਰੇ? ਭਾਅ ਜੀ, ਉਹ ਸ਼ੋਅ ਅੱਜ ਦੇ ਮੈਨੂੰ ਲੱਗਦਾ ਦੌਰ ਦੇ ਵਿੱਚ ਜਿੱਦਾਂ ਮੈਨੂੰ ਇੱਦਾਂ ਫੀਲ ਹੁੰਦਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ, 87, 88, 89 ਦੀ ਗੱਲ ਹੋਏਗੀ, ਜਦੋਂ ਰਮਾਇਣ ਵਗੈਰਾ ਆਉਂਦੇ ਸੀਗੇ, ਇਹ ਭਾਅ ਜੀ ਸ਼ੋਅ ਨੇ ਉਦੋਂ ਰਮਾਇਣ ਇਸ ਕਰਕੇ ਐਡਾ ਵੱਡਾ ਹਿੱਟ ਜਾਂ ਐਡਾ ਵੱਡਾ ਪਾਪੂਲਰ ਸੀਗਾ ਕਿਉਂਕਿ ਉਦੋਂ ਟੀਵੀ ਉੱਤੇ ਪ੍ਰੋਗਰਾਮ ਵੀ 2 ਆਉਂਦੇ ਸੀ, ਅਤੇ ਉਹ ਐਡਾ ਵਧੀਆ ਪ੍ਰੋਗਰਾਮ ਸੀਗਾ, ਮੈਨੂੰ ਯਾਦ ਹੈ ਸੜਕਾਂ ਖਾਲੀ ਹੋ ਜਾਂਦੀਆਂ ਸੀਗੀਆਂ, ਅਸੀਂ ਮੈਚ ਖਤਮ ਕਰਕੇ ਜਲਦੀ ਆਊਟ ਹੋ ਕੇ ਵਾਪਸ ਆ ਜਾਂਦੇ ਸੀਗੇ ਕਿ ਜਾ ਕੇ ਰਮਾਇਣ ਦੇਖਣੀ ਹੈ। ਕਾਰਨ ਸੀਗਾ ਕਿ ਉਹ ਇੱਕੋ ਵਾਰੀ ਆਉਂਦੀ ਸੀ, ਹਾਲਾਂਕਿ ਰਿਪੀਟ ਵੀ ਨਹੀਂ ਸੀ ਆਉਂਦਾ, ਯੂਟਿਊਬ ਨਹੀਂ ਸੀ ਹੈਗਾ, ਕੁਛ ਨਹੀਂ ਸੀਗਾ, ਦੁਬਾਰਾ ਵੇਖਣ ਦਾ ਸੋਰਸ ਨਹੀਂ ਸੀ ਹੁੰਦਾ, ਇਸ ਕਰਕੇ ਸਾਨੂੰ ਵੇਖਣਾ ਪੈਂਦਾ ਸੀਗਾ ਜਾ ਕੇ। ਬਟ ਉਹਦੇ ਲਈ ਮੈਂ ਇਸ ਕਰਕੇ ਮੰਨਦਾ ਕਪਿਲ ਸ਼ਰਮਾ ਸ਼ੋਅ ਅੱਜ ਉਸ ਬਰਾਬਰੀ ਦੇ ਉੱਤੇ ਜਾਂ ਉਸ ਤੋਂ ਉੱਪਰ ਹੀ ਹੋਊਗਾ, ਕਿਉਂਕਿ ਅੱਜ ਸਾਡੇ ਕੋਲ ਰਿਪੀਟ ਆਉਂਦੇ ਨੇ ਕਪਿਲ ਦੇ ਸ਼ੋਅ ਦੇ, ਸਾਨੂੰ ਯੂਟਿਊਬ 'ਤੇ ਅਵੇਲੇਬਲ ਹੁੰਦਾ ਹੈ, ਉਹਦੇ ਬਾਵਜੂਦ ਲੋਕ 9 ਵਜੇ ਵਿਹਲੇ ਹੋ ਕੇ, ਇਹ ਪਹਿਲਾ ਸ਼ੋਅ ਹੋਊਗਾ ਜਿੱਥੇ ਲੋਕ ਵਿਹਲੇ ਹੋ ਕੇ ਸੱਚੀ ਵੇਟ ਕਰਦੇ ਨੇ, ਵੇਟ ਕਰਦੇ ਨੇ, ਘਰ ਜਾਂਦੇ ਰੋਟੀਆਂ ਜਲਦੀ ਖਾ ਲੈਂਦੇ ਨੇ ਕਿ ਯਾਰ 9 ਵਜੇ ਆਰਾਮ ਨਾਲ ਬਹਿ ਕੇ ਉਹਦਾ ਸ਼ੋਅ ਦੇਖਾਂਗੇ। ਇਹ ਬੜੀ ਵੱਡੀ ਅਚੀਵਮੈਂਟ ਹੈ, ਬਹੁਤ ਜ਼ਿਆਦਾ ਵੱਡੀ ਤੀ ਜਦੋਂ ਇਹ ਸ਼ੋਅ 'ਚ ਮੈਂ ਦੇਖਿਆ ਹੈ ਕਿ ਇਹ ਪਹਿਲਾ ਸ਼ੋਅ ਹੈ ਜਿੱਥੇ ਮੰਮੀ ਬੱਚਿਆਂ ਨੂੰ ਆਵਾਜ਼ ਮਾਰਦੀ ਜਦੋਂ ਸ਼ੋਅ ਚਾਲੂ ਹੁੰਦਾ, ਸ਼ੋਅ ਸ਼ੁਰੂ ਹੋ ਗਿਆ, ਤੇ ਬੱਚੇ ਮੰਮੀਆਂ ਡੈਡੀਆਂ ਦਾਦਿਆਂ ਨੂੰ ਆਵਾਜ਼ ਮਾਰਦੇ ਹੁੰਦੇ ਨੇ ਕਿ ਸ਼ੋਅ ਚਾਲੂ ਹੋ ਗਿਆ ਆਓ ਵੇਖੋ, ਇਹ ਬੜੀ ਵੱਡੀ ਅਚੀਵਮੈਂਟ ਹੈ, ਸਾਰੇ ਪਰਿਵਾਰ ਨੂੰ ਇਕੱਠਾ ਕੀਤਾ, ਸਾਰੇ ਪਰਿਵਾਰ ਨੂੰ ਇਕੱਠਿਆਂ ਕੀਤਾ, ਫਿਰ ਜਦੋਂ ਤੁਹਾਨੂੰ ਤੁਸੀਂ ਉਸ ਮੰਚ ਦੇ ਉੱਤੇ ਜਾਂਦੇ ਹੋ, ਤੇ ਭਾਅ ਜੀ ਸੱਚੀ ਦੱਸਾਂ ਬੜਾ ਡਰ ਲੱਗਦਾ ਹੈ, ਬੜੀ ਵੱਡੀ ਸਟੇਜ ਦੇ ਉੱਤੇ ਤੁਹਾਡੀ ਵੀ ਜ਼ਿੰਮੇਵਾਰੀ ਓਟੀ ਵੱਡੀ ਹੋ ਜਾਂਦੀ ਹੈ। ਜਦ ਕਿ ਮੈਂ ਕਪਿਲ ਚੰਦਨ ਅਸੀਂ ਸਾਰਿਆਂ ਨੇ ਇਕੱਠੇ ਚਾਲੂ ਕੀਤਾ ਕਾਲਜ ਤੋਂ, ਅਸੀਂ ਕਾਮੇਡੀ ਸਰਕਲ ਸਾਰਿਆਂ ਨੇ ਇਕੱਠੇ ਕੀਤਾ, ਅਸੀਂ ਕਾਮੇਡੀ ਸਟਾਰਮਨ ਸਾਰੇ ਇਕੱਠੇ ਕੀਤੇ ਨੇ। ਬਟ ਅੱਜ ਉਹ ਸਟੇਜ ਦੇ ਉੱਤੇ ਜਦੋਂ ਵੀ ਮੈਂ ਜਾਂਦਾ ਕਪਿਲ ਮੈਨੂੰ ਬਹੁਤ ਕੰਫਰਟੇਬਲ ਲੱਗਦਾ, ਟੈਨਸ਼ਨ ਨਹੀਂ ਕਹਿੰਦਾ, ਘਰ ਦੀ ਸਟੇਜ ਆਪਣਾ ਮਜ਼ੇ ਮਜ਼ੇ ਕਰੋ, ਕੋਈ ਚੱਕਰ ਨਹੀਂ, ਸਪੋਰਟ ਹਾਂ ਭਾਅ ਜੀ ਉਹ ਤਾਂ ਹੈ ਹੀ ਹੈ, ਕਿ ਮਤਲਬ ਇਹ ਮਿਲਦਾ ਕਿ ਯਾਰ ਇੱਥੇ ਕਿਹੜੇ ਨੰਬਰ ਮਿਲਣੇ ਆ, ਅਸੀਂ ਤਾਂ ਉਹ ਸ਼ੋਅ ਕੀਤਾ ਜਿੱਥੇ ਨੰਬਰ ਮਿਲਦੇ ਹੁੰਦੇ ਸੀ, ਜਿੱਥੇ ਸਾਹਮਣੇ ਜੱਜ ਬਹਿ ਕੇ ਸਾਨੂੰ ਮਤਲਬ ਕ੍ਰਿਟੀਕਲੀ ਚੈੱਕ ਕਰ ਰਹੇ ਹੁੰਦੇ ਸੀਗੇ, ਸਾਡੇ ਉੱਤੇ ਨਜ਼ਰ ਰੱਖ ਰਹੇ ਹੁੰਦੇ ਸੀ ਕਿ ਤੁਸੀਂ ਠੀਕ ਕੀਤਾ ਨਹੀਂ ਕੀਤਾ। ਅਤੇ ਉੱਥੇ ਨਾ ਮੈਨੂੰ ਯਾਦ ਹੈ ਮੈਂ ਲਾਸਟ ਐਪੀਸੋਡ ਕੀਤਾ ਸੰਡੇ ਨੂੰ, ਜਿਹਦੇ 'ਚ ਅਸੀਂ ਬੜੇ ਹੀ ਚਿਰਾਂ ਬਾਅਦ ਮਤਲਬ ਮੈਂ ਕਪਿਲ ਅਤੇ ਚੰਦਨ 3 ਬੰਦਿਆਂ ਨੇ ਸਿਰਫ ਕਾਮੇਡੀ ਕੀਤੀ, ਕਾਮੇਡੀ ਕਾਹਦੀ ਕੀਤੀ, ਗੱਲਾਂ ਕੀਤੀਆਂ, ਉਹ ਸੱਚੀ ਕਹਿ ਰਿਹਾ, ਅਸੀਂ ਸਿਰਫ ਉਹਦੇ 'ਤੇ 1.5 ਘੰਟਾ ਪਹਿਲੇ ਬਹਿ ਕੇ ਡਿਸਕਸ਼ਨ ਕੀਤੀ ਕਿ ਇੱਦਾਂ ਦਾ ਕੁਛ ਕਰਾਂਗੇ, ਦੈਟ ਵਾਸ ਟੋਟਲੀ ਆਲਮੋਸਟ ਲਾਈਵ। ਓਕੇ, ਸੋ ਜਿਹੜੇ ਸਾਡੇ ਉੱਥੇ ਰਾਈਟਰ ਵੀ ਹੁੰਦੇ ਉਹਨੇ ਵੀ ਉਹ ਗੱਲਾਂ ਸੁਣੀਆਂ, ਉਹ ਗੱਲਾਂ ਨੂੰ ਪਰੋ ਕੇ ਨਾ ਸਾਨੂੰ ਬੜਾ ਸੋਹਣਾ ਦੇ ਦਿੱਤਾ ਵੀ ਆਹ ਭਾਅ ਜੀ ਹੈਗਾ ਜੀ, ਅਤੇ ਆਪਾਂ ਵੀ ਇੱਕ ਵਾਰੀ ਪੜ੍ਹਿਆ, ਮੈਂ ਕੋਈ ਨਹੀਂ ਇਹਨੂੰ ਆਰਾਮ ਨਾਲ ਕਰਾਂਗੇ, ਇਹਨੂੰ ਯਾਦ ਕਰਕੇ ਘੋਟਾ ਮਾਰ ਕਰਨ ਦੀ ਕੋਈ ਲੋੜ ਨਹੀਂ, ਉਹ ਐਡਾ ਨੈਚੁਰਲ ਆਇਆ, ਮਤਲਬ ਜੋ ਅੰਦਰੋਂ ਨਿਕਲਦਾ ਫਿਰ ਉਹ ਐਕਸੈਪਟੈਂਸ ਹੁੰਦੀ ਹੈ, ਬਹੁਤ ਨੈਚੁਰਲ ਆਇਆ। ਅਤੇ ਮੈਨੂੰ ਲੱਗਦਾ ਕਿ ਹਜੇ ਤੱਕ ਜਿੰਨੇ ਵੀ ਮੈਂ ਐਪੀਸੋਡ ਕੀਤੇ ਕਪਿਲ ਸ਼ੋਅ ਦੇ, ਇਹਦਾ ਰਿਸਪੋਂਸ ਮੈਨੂੰ ਇੰਨਾ ਅੱਛਾ ਆਇਆ ਨਾ
ਕਿ ਯਾਰ ਮਜ਼ਾ ਆ ਗਿਆ ਤੁਹਾਡੀ ਯਾਰੀ ਦੇਖਣ ਦਾ ਤੁਹਾਡੇ ਉਹ ਅਸੀਂ ਸ਼ਾਇਦ ਬਹੁਤ ਮਜ਼ਾ ਆਇਆ ਕਰਦਾ ਰਾਈਟ ਵਾਜੀ ਭਾਜੀ ਕੁਝ ਹਿੰਦੀ ਫਿਲਮਸ ਵੀ ਤੁਸੀਂ ਕੀਤੀਆਂ ਨੇ ਜਿੱਦਾਂ ਲਾਸਟ ਸੋਨੂ ਸੂਦ ਨਾਲ ਪਿਕਚਰ ਆਈ ਸੀ ਤੁਹਾਡੀ ਉਹਦੇ ਤੋਂ ਪਹਿਲਾਂ ਵੀ ਦੋ ਤਿੰਨ ਮੂਵੀਜ਼ ਯਾ ਪੰਜਾਬੀ ਮੂਵੀਜ਼ ਨੂੰ ਅਗਰ ਲੈ ਕੇ ਕੀ ਪ੍ਰੋਜੈਕਸ਼ਨ ਹੈ ਤੁਹਾਡੀ ਤੁਸੀਂ ਕਿੱਦਾਂ ਦੇ ਸਬਜੈਕਟ ਪਾਉਣਾ ਚਾਹੁੰਦੇ ਹੋ ਮੈਂ ਸੱਚੀ ਦੱਸਾਂ ਕਿ ਮੈਂ ਪਹਿਲੇ ਤਾਂ ਹਿੰਦੀ ਫਿਲਮਾਂ ਕਰਨ 'ਚ ਮੈਨੂੰ ਕੋਈ ਇੰਟਰਸਟ ਹੈ ਨਹੀਂ ਠੀਕ ਹੈ ਮੈਂ ਕਰੂੰਗਾ ਹਿੰਦੀ ਫਿਲਮ ਤਾਂ ਬਹੁਤ ਉੱਦਾਂ ਦੀ ਹੋਊਗੀ ਜਿੱਦਾਂ ਪਿਆਰ ਕਾ ਪੰਚਨਾਮਾ ਟਾਈਪ ਆਈ ਸੀਗੀ ਉੱਦਾਂ ਦੀ ਫਿਲਮ ਹੋਊਗੀ ਤਾਂ ਮੈਂ ਕਰੂੰਗਾ ਅਦਰਵਾਈਜ਼ ਮੇਰਾ ਬਹੁਤ ਬਹੁਤ ਲੀਸਟ ਇੰਟਰਸਟਿਡ ਹਾਂ ਸੋ ਮੈਂ ਪੂਰੀ ਤਵੱਜੋ ਲੋਕੀ ਮੈਨੂੰ ਕਹਿੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਦੀ ਕਦੀ ਆਉਂਦੇ ਹੋ ਕਦੀ ਕਦੀ ਨਹੀਂ ਆਉਂਦਾ ਮੇਰੇ ਕੋਲ ਜਾਇਆ ਨਹੀਂ ਜਾਂਦਾ ਓਕੇ ਮੈਂ ਬਹੁਤ ਜ਼ਿਆਦਾ ਤਵੱਜੋ ਇਸ ਵੇਲੇ ਆਪਣੀ ਪੰਜਾਬੀ ਇੰਡਸਟਰੀ ਨੂੰ ਦੇ ਰਿਹਾ ਪੰਜਾਬੀ ਫਿਲਮਾਂ ਨੂੰ ਦੇ ਰਿਹਾ ਕਿ ਜਿਵੇਂ ਹੁਣ ਮੈਂ ਇਕੱਠੀਆਂ ਤਿੰਨ ਚਾਰ ਫਿਲਮਾਂ ਕੀਤੀਆਂ ਹੋਈਆਂ ਠੀਕ ਹੈ ਜੀ ਉਹਦੇ ਬਾਰੇ ਕੁਛ ਰੀਲ ਕਰਨਾ ਚਾਹੋਗੇ ਜੀ ਜੀ ਹਿੰਦੂ ਆ ਰਹੀ ਹੈ ਮਾਰਚ ਦੇ ਵਿੱਚ ਮਈ ਦੇ ਵਿੱਚ ਲਾਹੌਰੀ ਆ ਰਹੀ ਹੈ ਲਾਹੌਰੀ ਅਮਰਿੰਦਰ ਭਾਜੀ ਦੇ ਨਾਲ ਦੈਨ ਹਰੀਸ਼ ਦੇ ਨਾਲ ਠੱਗ ਲਾਈਫ ਆ ਰਹੀ ਹੈ ਸੋ ਇਹ ਤਿੰਨ ਫਿਲਮਾਂ ਕੀਤੀਆਂ ਹੋਈਆਂ ਨੇ ਅੱਗੇ ਦੀਆਂ ਮੇਰੀਆਂ ਗੱਲਾਂ ਚੱਲ ਰਹੀਆਂ ਪਰ ਇਹ ਜਿਹੜੀ ਫਿਲਮ 'ਚ ਤਾਂ ਤੁਸੀਂ ਨਾਮ ਲਿਆ ਇਹਦੇ ਵਿੱਚ ਜਿਹੜੀ ਤੁਹਾਡੀ ਭੂਮਿਕਾ ਰਹੇਗੀ ਉਹ ਇੱਕ ਐਜ਼ ਏ ਕਾਮੇਡੀਅਨ ਰਹੇਗੀ ਜਾਂ ਮੈਂ ਉਹੀ ਕਹਿ ਰਿਹਾ ਕਿ ਜਿਵੇਂ ਜਿੰਦੂਆ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਇਹ ਉਹ ਭੁੱਖ ਮਿਟਾਰੀ ਜਿਹੜੀ ਮੈਨੂੰ ਹੈ ਠੱਗ ਲਾਈਫ ਦੈਟ ਇਜ਼ ਓਬਵੀਅਸਲੀ ਤਿੰਨ ਮੁੰਡਿਆਂ ਦੀ ਕਹਾਣੀ ਹੈ ਅਤੇ ਜਿਹਦੇ ਵਿੱਚ ਮੈਂ ਕਿ ਤਿੰਨੇ ਕੌਮਿਕ ਕਰੈਕਟਰ ਹੈ ਬੇਸਿਕਲੀ ਕਾਮੇਡੀ ਰੌਂਗ ਕਾਮੇਡੀ ਰਾਈਟ ਦੈਨ ਜਿਹੜੀ ਲਾਹੌਰੀ ਹੈ ਦੈਟ ਇਜ਼ ਵੈਰੀ ਗੁੱਡ ਮੂਵੀ ਵੈਰੀ ਸਟਲ ਮੂਵੀ ਬੜਾ ਬੜਾ ਸਟਲ ਕਰੈਕਟਰ ਹੈ ਉਹਦੇ ਵਿੱਚ ਥੋੜ੍ਹਾ ਡਿਫਰੈਂਟ ਮਿਲੇਗਾ ਤੁਹਾਨੂੰ ਹਰ ਫਿਲਮ 'ਚ ਰਜੀਵ ਇੱਕ ਡਿਫਰੈਂਟ ਰਜੀਵ ਦੇਖਣ ਨੂੰ ਮਿਲੇਗਾ ਕੋਈ ਰਿਕੁਆਇਰਡ ਹੈ ਜੀ 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 ਮੈਂ ਕੋਸ਼ਿਸ਼ ਕਰ ਰਿਹਾ ਕਿ ਉਹੀ ਕਰਾਂ ਬਾਕੀ ਬਹੁਤ ਜਲਦੀ ਜੋ ਤੁਸੀਂ ਕਹਿ ਰਹੇ ਹੋ ਮੇਰੀ ਪ੍ਰੋਜੈਕਸ਼ਨ ਕੀ ਹੈ ਆਈ ਵਾਂਟ ਟੂ ਬੀ ਯੂ ਕਹਿ ਲਓ ਕਿ ਰਿਤੇਸ਼ ਦੇਸ਼ਮੁਖ ਸ਼ਰਮਨ ਜੋਸ਼ੀ ਮੈਂ ਇਸ ਜ਼ੋਨ ਦਾ ਪੰਜਾਬੀ ਕਲਾਕਾਰ ਬਣਨਾ ਚਾਹੁੰਦਾ ਹਾਂ ਠੀਕ ਹੈ ਕਿ ਅਰਸ਼ਦ ਵਾਰਸੀ ਕਿ ਜਿਹੜਾ ਕਿ ਕਾਮੇਡੀ ਵੀ ਕਰ ਸਕੇ ਜਿਹੜਾ ਕਿ ਇਮੋਸ਼ਨ ਵੀ ਕਰ ਸਕੇ ਸੋ ਰੋਮਾਂਸ ਪਤਾ ਨਹੀਂ ਲੋਕਾਂ ਨੂੰ ਪਚਣਾ ਨਹੀਂ ਮੇਰਾ ਬਟ ਐਟਲੀਸਟ ਇਮੋਸ਼ਨ ਅਤੇ ਕਾਮੇਡੀ ਮੈਂ ਜ਼ਰੂਰ ਕਰਾਂ ਰਾਈਟ ਜੀ ਨਾਓ ਕਮ ਬੈਕ ਟੂ ਜਿੰਦੂਆ ਜਿੰਦੂਆ ਦੇ ਆਪਾਂ ਦੁਬਾਰਾ ਵਾਪਸ ਆਉਂਦੇ ਹਾਂ 17 ਨੂੰ ਰਿਲੀਜ਼ ਹੋ ਰਹੀ ਆ ਤੁਸੀਂ ਆਪਣੇ ਹਿਸਾਬ ਨਾਲ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂ ਉਹ ਮੂਵੀ ਦੇਖਣ ਜਾ ਰਹੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿੰਦੂਆ ਫਿਲਮ ਜੋ ਪਿਛਲੇ ਅਸੀਂ 1.5-2 ਸਾਲ ਤੋਂ ਫਿਲਮਾਂ ਦੇਖ ਰਹੇ ਹਾਂ ਮੈਂ ਵਾਰ ਵਾਰ ਇਹੀ ਕਹਿਣਾ ਹੈ ਕਿ ਬਹੁਤ ਸੋਹਣੀਆਂ ਫਿਲਮਾਂ ਬਣੀਆਂ ਪਿਛਲੇ 1.5-2 ਸਾਲ ਦੇ ਵਿੱਚ ਜਿਹਨੇ ਪੰਜਾਬੀ ਸਿਨੇਮਾ ਦਾ ਜਿਹਨੂੰ ਕਹਿੰਦੇ ਚਿਹਰਾ ਬਦਲ ਕੇ ਰੱਖ ਦਿੱਤਾ ਚਾਹੇ ਉਹ ਅੰਗਰੇਜ਼ ਹੋਵੇ ਚਾਹੇ ਬੰਬੂਗੜ੍ਹ ਹੋਵੇ ਚਾਹੇ ਨੇਕਾ ਜੈਲਦਾਰ ਹੋਵੇ ਹੈ ਨਾ ਜਿਨ੍ਹਾਂ ਨੇ ਚਿਹਰਾ ਨਵਾਂ ਮੁਕਾਮ ਦਿੱਤਾ ਨਵਾਂ ਮੁਕਾਮ ਦਿੱਤਾ ਆ ਬਟ ਮੈਨੂੰ ਅੱਜ ਵੀ ਉਹ ਥੋੜ੍ਹਾ ਜਿਹਾ ਲੱਗਦਾ ਸੀ ਕਿ ਅਸੀਂ ਜਿਹਨੂੰ ਕਹਿੰਦੇ ਨਾ ਕਿ ਅਸੀਂ ਮੈਨੂੰ ਯਾਦ ਆ ਗਿਆ ਅਸੀਂ ਜਦੋਂ ਕਾਲਜ ਵਗੈਰਾ ਪੜ੍ਹਦੇ ਸੀਗੇ ਸ਼ਾਹਰੁਖ ਖਾਨ ਦੇਖ ਕੇ ਇੰਨਾ ਮਜ਼ਾ ਆਉਂਦਾ ਸੀ ਨਾ ਰੋਮੈਂਸ ਕਿ ਬਾਹਰ ਆ ਕੇ ਆਪਣੇ ਆਪ ਨੂੰ ਯਾਦ ਵੀ ਸ਼ਾਹਰੁਖ ਖਾਨ ਫੀਲਦਾ ਸਾਹਮਣੇ ਕੁੜੀ ਖੜੀ ਹੈ ਮੁੰਡਾ ਦੇਖ ਰਿਹਾ ਆ ਉਹ ਲੁੱਕ ਐਕਸਚੇਂਜ ਇਹ ਹੋਣਾ ਉਹ ਹੋਣਾ ਉਹ ਥੋੜ੍ਹਾ ਜਿਹਾ ਮਿਸ ਸੀਗਾ ਸੋ ਦੈਟ ਇਜ਼ ਬੈਕ ਵਿਦ ਜਿੰਦੂਆ ਖੂਬਸੂਰਤ ਰੋਮੈਂਸ ਖੂਬਸੂਰਤ ਲੋਕੇਸ਼ਨਸ ਖੂਬਸੂਰਤ ਮਿਊਜ਼ਿਕ ਹੈ ਨਾ ਅਤੇ ਖੂਬਸੂਰਤ ਕਲਾਕਾਰਾਂ ਦੀ ਖੂਬਸੂਰਤ ਐਕਟਿੰਗ ਇਹ ਖੂਬਸੂਰਤ ਡਾਇਲੋਗ ਨੇ ਖੂਬਸੂਰਤ ਡਾਇਰੈਕਸ਼ਨ ਨੇ ਮਤਲਬ ਇਸ ਫਿਲਮ ਦੇ ਵਿੱਚ ਨਾ ਮੈਂ ਇੱਕ ਵਰਡ ਖੂਬਸੂਰਤ ਇਸ ਕਰਕੇ ਯੂਜ਼ ਕਰ ਰਿਹਾ ਕਿ ਤੁਹਾਨੂੰ ਬਹੁਤ ਖੂਬਸੂਰਤੀ ਅਤੇ ਹੁਣ ਤੁਸੀਂ ਕਹੋਗੇ ਯਾਰ ਸਾਰੀ ਖੂਬਸੂਰਤੀ ਹੈ ਅਤੇ ਪੰਜਾਬੀ ਫਿਲਮ ਕੀ ਹੈ ਇਹ ਤਾਂ ਹਿੰਦੀ 'ਚ ਵੀ ਹੁੰਦਾ ਹੈ ਤਾਂ ਇਹਦੇ 'ਚ ਸਭ ਕੁਛ ਪੰਜਾਬੀਅਤ ਨਾਲ ਜੁੜਿਆ ਹੋਇਆ ਕਿ ਜਦੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੈਨੇਡਾ ਜਾਣਾ ਚਾਹੁੰਦੇ ਤੇ ਉਹ ਕੈਨੇਡਾ ਦੀਆਂ ਕਿਹੜੀਆਂ ਪ੍ਰੋਬਲਮ ਨੇ ਜਦੋਂ ਤੁਸੀਂ ਬਿਨਾਂ ਸੋਚੇ ਵਿਚਾਰੇ ਚਲੇ ਜਾਂਦੇ ਸਿਰਫ ਉੱਥੋਂ ਦੀ ਚੱਕਾ ਚੌਂ ਦੇਖ ਕੇ ਚਲੇ ਜਾਂਦੇ ਉਹ ਸਿਚੁਏਸ਼ਨਾਂ ਜਦੋਂ ਅਰਾਈਜ਼ ਹੁੰਦੀਆਂ ਉੱਥੇ ਜਾ ਕੇ ਉਹਦੇ ਵਿੱਚ ਜਦੋਂ ਰੋਮੈਂਸ ਆਉਂਦਾ ਤਾਂ ਰੋਮੈਂਸ ਅਤੇ ਪ੍ਰੋਬਲਮਸ ਮਿਲ ਕੇ ਮਜਬੂਰੀ 'ਚ ਪਿਆਰ ਉਹ ਮਜਬੂਰੀ ਪਿਆਰ ਸੱਚਾ ਪਿਆਰ ਬਣ ਜਾਣਾ ਜਿਹੜਾ ਸੱਚਾ ਪਿਆਰ ਆ ਉਹ ਤੁਹਾਡਾ ਭੜਕ ਜਾਣਾ ਸੋ ਉਹ ਸਾਰਾ ਜਿਹੜਾ ਤਾਣਾ ਬਾਣਾ ਇਹ ਮਜਬੂਰੀਆਂ ਦੇ ਨਾਲ ਪੰਜਾਬੀਅਤ 'ਚ ਜੋੜ ਕੇ ਹੀ ਪੇਸ਼ ਕੀਤਾ ਗਿਆ ਕਿਉਂਕਿ ਇਹ ਪੰਜਾਬੀਅਤ ਦੀ ਪ੍ਰੋਬਲਮ ਹੈ ਇਸ ਕਰਕੇ ਠੀਕ ਹੈ ਜੀ ਰਾਈਟ ਭਾਅ ਜੀ 17 ਨੂੰ ਜਿੱਦੂ ਆ ਰਹੀ ਹੈ ਹੋਪਫੁਲੀ ਨਵੇਂ ਮੁਕਾਮ ਹਾਸਿਲ ਕਰੇਗੀ ਇਹ ਆਈ ਹੋਪ ਕਿ ਮੈਂ ਦਰਸ਼ਕਾਂ ਦੀ ਗੁਜ਼ਾਰਿਸ਼ ਕਰਾਂਗਾ ਕਿ ਅਸੀਂ ਦੇਖੋ ਫਿਲਮ ਬਣਾਉਣ 'ਚ ਵੀ ਮਿਹਨਤ ਕੀਤੀ ਉਸ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਜਿਹੜੀ ਹੈ ਜਿਹੜੀ ਟੀਮ ਲੱਗੀ ਹੁੰਦੀ ਹੈ ਉਹਨੇ ਮਿਹਨਤ ਕੀਤੀ ਪ੍ਰੀ ਤਾਂ ਮਿਹਨਤ ਹੋ ਚੁੱਕੀ ਸੀਗੀ ਹੁਣ ਫਿਰ ਐਕਟਰਾਂ ਉੱਤੇ ਜ਼ਿੰਮੇਵਾਰੀ ਆਈ ਹੋਈ ਆ ਅਸੀਂ ਹਰ ਜਗ੍ਹਾ ਭੱਜ ਭੱਜ ਕੇ ਹਰ ਜਗ੍ਹਾ ਜਿੰਮੀ ਭਾਅ ਜੀ ਸਰਗੁਣ ਮੈਂ ਅਸੀਂ ਨੀਰੂ ਉੱਧਰ ਕੈਨੇਡਾ ਦੇ ਵਿੱਚ ਕਿਉਂਕਿ ਫਿਲਮ ਦਾ ਬਹੁਤ ਵੱਡਾ ਹੱਥ ਆ ਸੋ ਸਾਰੇ ਬੰਦੇ ਭੱਜ ਭੱਜ ਕੇ ਰਾਤਾਂ ਜਾਗ ਜਾਗ ਕੇ ਸਿਰਫ ਤੁਹਾਨੂੰ ਇਸ ਗੱਲ ਨੂੰ ਕਨਵੇ ਕਰ ਰਹੇ ਨੇ ਇਹ ਗੱਲ ਸਮਝਾ ਰਹੇ ਨੇ ਜਾਂ ਇਹ ਗੱਲ 'ਤੇ ਤੁਹਾਨੂੰ ਰਿਕੁਐਸਟ ਕਰ ਰਹੇ ਨੇ ਕਿ ਪਲੀਜ਼ ਫਿਲਮ ਜ਼ਰੂਰ ਦੇਖਿਓ ਇਹ ਗਰੰਟੀ ਹੈ ਕਿ ਫਿਲਮ ਨੂੰ ਫਿਲਮ ਤੋਂ ਪਹਿਲਾਂ ਜੱਜ ਨਾ ਕਰਿਓ
ਫਿਲਮ ਦੇਖ ਕੇ ਜੱਜ ਕਰੋ। ਔਰ ਮੈਂ ਤੁਹਾਨੂੰ ਇੱਕ ਗੱਲ ਦਾ ਦਾਅਵਾ ਵੀ ਕਰਦਾ ਹਾਂ, ਗਰੰਟੀ ਵੀ ਦੇਣਾ ਹੈ ਕਿ ਜਿੰਨੇ ਪੈਸੇ ਤੁਸੀਂ ਖਰਚ ਕੇ ਅੰਦਰ ਜਾਓਗੇ ਉਹਦਾ ਡਬਲ ਮਜ਼ਾ ਲੈ ਕੇ ਪਾ ਲਓ। ਰਾਈਟ ਜੀ, ਥੈਂਕਸ ਲੋਟ, ਥੈਂਕ ਯੂ, ਥੈਂਕ ਯੂ।